ਸਾਰਿਆਂ ਦਾ ਫਿਰ ਸਵਾਗਤ ਹੈ। ਵਿਵੇਕ ਸਾਡੇ ਨਾਲ ਜੁੜੇ ਹੋਏ ਨੇ। ਸੋ ਵਿਵੇਕ, ਕੀ ਕਹੋਗੇ ਤੁਸੀਂ? ਹਾਂਜੀ, ਤੋ ਮੇਰਾ ਕਹਿਣਾ ਹੈ ਕਿ ਉਨ ਮੀਆਂ ਬੀਵੀ ਕੋ ਬਾਤ ਕਰਨਾ ਚਾਹੀਏ ਔਰ ਰਿਜ਼ੋਲਵ ਕਰਨਾ ਚਾਹੀਏ ਇਸ ਇਸ਼ੂ ਕੋ, ਕਿਉਂਕਿ ਅਗਰ ਵੋ ਦੋ ਦੋ ਘਰੋਂ ਮੈਂ ਐਸੇ ਰਹਿ ਰਹੇ, ਬੱਚੇ ਕੇ ਲਈ ਵੀ ਨਹੀਂ ਅੱਛਾ ਹੈ, ਦੋਨੋਂ ਕੇ ਲਈ ਵੀ ਨਹੀਂ ਅੱਛਾ ਹੈ। ਡਿਵੋਰਸ ਹੋ ਜਾਏ ਤੋ ਮਤਲਬ ਸਭ ਕੁਛ ਹੀ ਚਲਾ ਗਿਆ ਨਾ। ਔਰ ਮੇਰੇ ਕੋ ਲਗਤਾ ਹੈ ਕਿ ਅਗਰ ਹਸਬੈਂਡ ਕੋ ਇਤਨੀ ਪ੍ਰੋਬਲਮ ਨਹੀਂ ਹੈ, ਮਤਲਬ ਅਗਰ ਕੋਈ ਰੀਅਲ ਮਸਲਾ ਨਹੀਂ ਹੈ, ਤੋ ਘਰ ਵਾਈਫ ਕੇ ਸਾਥ ਆਪਣੇ ਮਾਂ ਬਾਪ ਕੇ ਸਾਥ ਰਹਿ ਲੇ, ਲੇਕਿਨ ਮੇਰੇ ਕੋ ਲਗਤਾ ਹੈ ਕਿ ਵੋ ਐਸੇ ਕਰ ਰਹਾ ਹੈ ਕਿਉਂਕਿ ਘਰ ਜਮਾਈ ਹਮਾਰੇ ਕਲਚਰ ਮੈਂ ਐਸੇ ਘਰ ਜਮਾਈ ਕਾ ਹੋਤਾ ਹੈ, ਔਰ ਅਬ ਹਮ ਵੈਸਟਰਨ ਕੰਟਰੀ ਮੇਂ ਵੀ ਆ ਗਏ ਹੈ, ਤੋ ਉਸਕੋ ਲਗ ਰਹਾ ਹੋਗਾ ਕਿ ਅੱਛਾ ਹਮ ਆਪਣੇ ਸਿਰ ਹੈ, ਹਮ ਮਾਂ ਬਾਪ ਤੇ ਨਹੀਂ ਡਿਪੈਂਡ ਕਰੇ, ਔਰ ਵੋ ਵੀ ਲੜਕੀ ਕੇ ਮਾਂ ਬਾਪ। ਤੋ ਮੇਰੇ ਕੋ ਯਹੀ ਲਗਤਾ ਹੈ ਕਿ ਐਸਾ ਕਰ ਰਹਾ ਹੈ, ਲੇਕਿਨ ਮੇਰੇ ਕੋ ਯੇ ਠੀਕ ਨਹੀਂ ਲਗਤਾ ਹੈ। ਮੇਰੇ ਕੋ ਲਗਤਾ ਹੈ ਕਿ ਅਗਰ ਵੋ ਰਹਿ ਲੇ ਤੋ ਅੱਛਾ ਹੈ। थैंक यू सो मच विवेक। आई एग्री के दो घरों में रह के बच्चों के लिए बिल्कुल अच्छा नहीं है, जबकि कह रहे हैं कि प्रोवाइड भी करता है, पैसे का कोई मना नहीं करता, ही इज़ अ गुड डैड, ही इज़ अ गुड हस्बैंड। तो यू नो ऐसे जो दूरियां और भी बढ़ेंगी। सो लेट मी सी और क्या कह रहे हैं। हेलो, हाँ जी ज्ञान सिंह जी, दसो दसो। ਮੈਂ ਦਿਸ ਤਰ੍ਹਾਂ ਸੀਗਾ, ਜਿਹੜੀ ਲੜਕੀ ਦੇ ਮਾਂ ਬਾਪ ਵੀ ਹੈਗੇ ਨਾ ਜੀ, ਉਹ ਵੀ ਜੇ ਸਿਆਣਪ ਵਰਤਣ ਵੀ ਲੜਕੀ ਦਾ ਘਰ ਨਾ ਖਰਾਬ ਹੋਵੇ। ਦੇਖੋ ਨਾ, ਡਿਵੋਰਸ ਹੀ ਪਹਿਲਾਂ ਵੀ ਹੋ ਚੁੱਕੀ ਹੈ, ਨਾ ਖਰਾਬ ਹੋਵੇ ਉਹ, ਸਗੋਂ ਲੜਕੀ ਨੂੰ ਸਮਝਾਉਣ ਵੀ ਕੋਈ ਨੀ ਵੀ ਅਸੀਂ ਜਿਸ ਤਰ੍ਹਾਂ ਵੀ ਹੈਗਾ ਠੀਕ ਹੈ, ਤੁਹਾਡੇ ਲਾਗੇ ਛਾਗੇ ਰਹਿੰਦੇ ਹਾਂ। ਕਿੰਨੀ ਉਮਰ ਦੇ ਮਾਪੇ ਹੋਣਗੇ ਉਹਦੇ? ਪਤਾ ਨੀ ਜੀ। ਹਾਂ ਦੇਖੋ ਨਾ, ਅਸੀਂ 85 ਕ੍ਰੋਸ ਕਰਕੇ ਅਸੀਂ ਇਕੱਲੇ ਰਹਿੰਦੇ ਹਾਂ, ਸਾਡਾ ਮੁੰਡਾ ਵੀ ਇਕੱਲਾ ਰਹਿੰਦਾ, ਸਾਡੇ ਧੀਆਂ ਵੀ ਇਕੱਲੀਆਂ, ਅਸੀਂ ਰਹਿੰਦੇ ਇਕੱਲੇ ਹਾਂ 15-20 ਸਾਲ ਤੋਂ। ਜੀ ਜੀ, ਬੜਾ ਮੌਜਾ ਹੈਗਾ ਜੀ। ਲੜਕੀ ਦੇ ਮਾਂ ਬਾਪ ਨੂੰ ਵੀ ਸਗੋਂ ਸਮਝਾਉਣਾ ਚਾਹੀਦਾ ਵੀ ਤੂੰ ਆਪਣੀ ਲਾਈਫ ਨਾ ਖਰਾਬ ਕਰ, ਕਿਉਂ ਹਰ ਜਿਹੜਾ ਆਦਮੀ ਹੁੰਦਾ ਪ੍ਰਾਈਵੇਸੀ ਚਾਹੁੰਦਾ ਹੀ ਹੁੰਦਾ, ਉਹ ਲੜਕੀ ਨੂੰ ਸਮਝਾ ਦੇਣ ਵੀ ਤੂੰ ਕੋਈ ਨੀ, ਰਹਿ ਲਓ ਵੱਖਰੇ, ਰਹਿਣ ਨੂੰ ਹੀ ਕਹਿੰਦਾ, ਬਾਕੀ ਉਹਨਾਂ ਬੁਰਾ ਥੋੜਾ ਜਾਣਦਾ, ਬੁਰਾ ਥੋੜਾ ਮੰਨਦਾ, ਆ ਜਾ ਕੇ ਜੋ ਕੁਛ ਉਹਨਾਂ ਦੇ ਪੱਲੇ ਲੜਕੀ ਕੋਈ ਜਾਣਾ ਨਾ, ਘਰ ਹੋਊਗਾ ਜੋ ਹੋਊਗਾ ਲੜਕੀ ਕੋਈ ਜਾਣਾ, ਠੀਕ ਨਹੀਂ? ਬਿਲਕੁਲ ਠੀਕ। ਥੈਂਕ ਯੂ ਸੋ ਮਚ ਗਿਆਨ ਸਿੰਘ ਜੀ, ਬਹੁਤ ਵਧੀਆ ਸਾਰਿਆਂ ਨੇ ਯੂ ਨੋ ਸਲਾਹ ਦਿੱਤੀ ਹੈਗੀ ਹੈ। ਐਂਡ ਸਭ ਤੋਂ ਜਿਹੜੀ ਕਾਮਨ ਗੱਲ ਹੈ ਕਿ ਕੋਈ ਵੀ ਐਗਰੀ ਨਹੀਂ ਕਰਦਾ ਕਿ ਕੀਪ ਲਿਵਿੰਗ ਲਾਈਕ ਦੈਟ। ਅਸੀਂ ਅਕਸਰ ਇਸ ਸ਼ੋਅ 'ਤੇ ਕਹਿੰਦੇ ਹਾਂ ਕਿ ਕੋਈ ਵੀ ਅਗਰ ਇਸ਼ੂ ਲੱਗਿਆ ਨਾ, ਕਈ ਵਾਰੀ ਤੁਸੀਂ ਬੜਾ ਸੋਚਦੇ ਪਤਾ ਨਹੀਂ ਇਸ਼ੂ ਹੈ ਕਿ ਨਹੀਂ ਹੈ, ਪਰ ਮੈਨੂੰ ਲੱਗ ਰਿਹਾ, ਟਰੱਸਟ ਯੋਰ ਗੱਟ, ਟਰੱਸਟ ਯੋਰ ਇਨਰ ਸੈਲਫ, ਯੂ ਨੋ ਜਿਹੜੀ ਆਵਾਜ਼ ਅੰਦਰੋਂ ਆਉਂਦੀ ਹੈ ਕਿ ਇਸ਼ੂ ਹੈ, ਜੇ ਇੱਥੇ ਤੱਕ ਗੱਲ ਪਹੁੰਚੀ ਹੈ ਇਸ਼ੂ ਹੈ, ਬਟ ਡੋਂਟ ਕੀਪ ਲਿਵਿੰਗ ਲਾਈਕ ਦੈਟ, ਉਸ ਚੀਜ਼ ਨੂੰ ਸੋਲਵ ਕਰੋ। ਸੋ ਭਾਵੇਂ ਜਿਵੇਂ ਗਿਆਨ ਸਿੰਘ ਜੀ ਕਹਿ ਰਹੇ ਨੇ ਕਿ ਕੋਈ ਹਰਜ਼ ਨਹੀਂ ਹੈ, ਪੇਰੈਂਟਸ ਨਾਲ ਵੀ ਗੱਲ ਕਰੋ ਕਿ ਵੀ ਮੈਨੂੰ ਅਸੀਂ ਤੁਹਾਡਾ ਪੂਰਾ ਧਿਆਨ ਰੱਖਾਂਗੇ, ਨੇੜੇ ਰਹਾਂਗੇ, ਯੂ ਨੋ ਦੋਨੋਂ ਧਿਆਨ ਰੱਖਾਂਗੇ, ਪਰ ਥੋੜ੍ਹੀ ਸਪੇਸ ਸਾਨੂੰ ਵੱਖਰੀ ਚਾਹੀਦੀ ਹੈ। ਭਾਵੇਂ ਉਹ ਕਰੋ ਅਤੇ ਭਾਵੇਂ ਜਿਹੜਾ ਉਸ ਤੋਂ ਪਹਿਲੇ ਵਿਵੇਕ ਨੇ ਕਿਹਾ, ਯੂ ਨੋ ਕਿ ਨਹੀਂ, ਉਸੇ ਘਰ ਦੇ ਵਿੱਚ ਪੈਸੇ ਵੀ ਬਚਣਗੇ, ਪੇਰੈਂਟਸ ਨਾਲ ਵੀ ਕੋਈ ਇਸ਼ੂ ਨਹੀਂ ਹੈ, ਇਕੱਠੇ ਹੋ ਕੇ ਬੈਠ ਕੇ ਗੱਲ ਕਰ ਲਓ ਵੀ ਸਾਨੂੰ ਇਹ ਇਸ਼ੂ ਹੋ ਰਿਹਾ ਸੀ, ਹੋਰ ਜ਼ਿਆਦਾ ਸਪੇਸ ਸ਼ਾਇਦ ਪੇਰੈਂਟਸ ਵੀ ਦੇਣ ਨੂੰ ਯੂ ਨੋ ਰਾਜ਼ੀ ਹੋ ਜਾਣ ਕਿ ਠੀਕ ਹੈ, ਤੁਸੀਂ ਆਪਣੇ ਵਾਕਣ ਹੀ ਰਹੋ ਕਿ ਜਿਵੇਂ ਤੁਸੀਂ ਇਕੱਲੇ ਹੁੰਦੇ ਹੋ, ਪਰ ਅਸੀਂ ਨਾਲ ਰਹਿ ਰਹੇ ਹਾਂ। ਸੋ ਇੱਕ ਕਮਿਊਨੀਕੇਸ਼ਨ ਪੂਰੇ ਗਰੁੱਪ ਦੇ ਵਿੱਚ ਬਹੁਤ ਜ਼ਰੂਰੀ ਹੈ, ਪਹਿਲੇ ਤਾਂ ਹਸਬੈਂਡ ਵਾਈਫ ਦੇ ਵਿੱਚ, ਐਂਡ ਦੈਨ ਇਕੱਠੇ ਭਾਵੇਂ ਪੇਰੈਂਟਸ ਨੂੰ ਵੀ ਮਿਲਾ ਕੇ ਬੈਠ ਕੇ ਕਿ ਦਿਸ ਇਜ਼ ਵਾਟ ਵੀ ਆਰ ਥਿੰਕਿੰਗ, ਉਹਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ। ਕਿਉਂਕਿ ਕਈ ਵਾਰੀ ਆਪਣੇ ਆਪ ਵੀ ਅਸੀਂ ਆਪਣੀ ਕਹਿੰਦੇ ਹਾਂ ਨਾ ਕਿ ਦਰਦ ਦੇ ਉੱਤੇ ਫਿੰਗਰ ਨਹੀਂ ਰੱਖ ਪਾ ਰਹੇ ਹੁੰਦੇ, ਕਿਉਂਕਿ ਡੀਪ ਰੂਟਡ ਜੋ ਸੋਚ ਹੈਗੀ ਹੈ ਜਨਰੇਸ਼ਨਸ ਤੋਂ, ਉਹ ਸਾਨੂੰ ਕਿਤੇ ਨਾ ਕਿਤੇ ਕੁਛ ਕਰਨ ਤੋਂ ਰੋਕ ਰਹੀ ਹੁੰਦੀ ਹੈ। ਪਰ ਕਮਿਊਨੀਕੇਸ਼ਨ ਇਜ਼ ਦਾ ਆਨਸਰ ਟੂ ਐਵਰੀਥਿੰਗ, ਐਂਡ ਡੈਫੀਨੇਟਲੀ ਲਵ ਇਜ਼ ਦਾ ਆਨਸਰ ਟੂ ਐਵਰੀਥਿੰਗ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।